ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਨੋ ਜੀ ਆਨ ਜੇਲ ਜੇ ਬੈਟਨ ਉਹ ਜੋ ਸਿੱਧੂ ਬਾਰੇ ਆਈ ਵੱਡੀ ਖਬਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਜਿਆ ਹੋ ਜਾਊ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜ ਜਨਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਚੌਂਦੀ ਸਾਰਾ ਰੋਡ ਰੇਜ਼ ਮਾਮਲੇ 'ਚ ਪਟਿਆਲਾ ਜ਼ਿਲ੍ਹੇ 'ਚ ਬੰਦ ਨਵਜੋਤ ਸਿੱਧੂ ਲਈ ਡਾਈਟ ਚਾਰ ਤਿਆਰ ਕਰ ਦਿੱਤਾ ਗਿਆ ਹੈ ਜਿਸ ਕਰਕੇ ਜੋ ਹੈ ਕਿ 30 ਦਿਨ ਤੋਂ ਨਵਜੋਤ ਸਿੱਧੂ ਜੇਲ੍ਹ ਚ ਹੈ ਉਹ ਖਾਣਾ ਨਹੀਂ ਖਾ ਰਹੀ ਸੀ ਜਿਸ ਕਰਕੇ ਉਹਨਾਂ ਨੂੰ ਲੀਵਰ ਦੀ ਸਮੱਸਿਆ ਆਈ ਉਸ ਤੋਂ ਪਹਿਲਾਂ ਸੋਮਨੂ ਪਟਿਆਲੇ ਜਿੰਦਰਾ ਹਸਪਤਲ ਤੋਂ ਸਿੱਧੂ ਦਾ ਮੈਡੀਕਲ ਕਰਵਾਇਆ ਗਿਆ ਸੂਤਰਾਂ ਮੁਤਾਬਿਕ ਉਹਨਾਂ ਨੂੰ ਹਾਈ ਫੈਟੀ ਲੀਵਰ ਦੀ ਸਮੱਸਿਆ ਇਸ ਲਈ ਡਾਕਟਰਾਂ ਨੇ ਬੋਰਡ ਦੇ ਉਹਨਾਂ ਲਈ ਲੋ ਫੈਟ ਹਾਈ ਫਾਈਬਰ ਵਾਲੀ ਖੁਰਾਕ ਦੀ ਸ਼ਿਫਾਰਿਸ਼ ਕੀਤੀ ਸੂਤਰਾਂ ਮੁਤਾਬਿਕ ਡਾਕਟਰਾਂ ਨੇ ਸਿੱਧੂ ਲਈ ਸਬਜ਼ੀਆਂ ਦਾ ਸੂਪ ਖੀਰਾ ਚਕੁੰਦਰ ਤੇ ਜੂਸ ਦੀ ਸ਼ਿਫਾਰਿਸ਼ ਕੀਤੀ ਇਸ ਤੋਂ ਇਲਾਵਾ ਕਣਕ ਦੀ ਥਾਂ ਬਾਜਰੀ ਦੀ ਰੋਟੀ ਵੀ ਦਿੱਤੀ ਜਾ ਸਕਦੀ ਹੈ ਸਿੱਧੂ ਦੀ ਖੁਰਾਕ ਤੋਂ ਕਾਰਬੋਹਾਈਡਰੇਟ ਨੂੰ ਪੂਰੀ ਤਰ੍ਹਾਂ ਹਟਾ ਤੱਗਾ ਗਿਆ ਹੈ ਦੱਸ ਦਈਏ ਕਿ ਸਿੱਧੂ ਨੂੰ ਜੇਲ੍ਹ ਚ ਪੈਂੰਦਨ ਹੋ ਗਏ ਨੇ ਇਸ ਦੌਰਾਨ ਉਹ ਸਲਾਤ ਫਲ ਉਗਲੀਆਂ ਸਬਜ਼ੀਆਂ ਹੀ ਖਾ ਰਹੇ ਨੇ ਦੱਸ ਦਈਏ ਕਿ ਸੁਪਰੀਮ ਕੋਰਟ ਵੱਲੋਂ ਸੁਣਵਾਈ 1 ਸਾਲ ਦੀ ਕੈਦ ਦੀ ਸੱਦੇ ਚੱਲਦਿਆਂ ਜੇਲ੍ਹ ਚ ਬੰਦ ਕਾਂਗਰਸ ਨਵਜੋਤ ਸਿੱਧੂ ਨੂੰ ਸਿਹਤ ਦੀ ਸਮੱਸਿਆ ਕਾਰਨ ਟੁਕਮੀ ਡਾਈਟ ਸੰਬੰਧੀ ਮੈਡੀਕਲ ਜਾਂਚ ਲਈ ਸੋਵਾਂ ਨੂੰ ਜੇਲ੍ਹ ਤੋਂ ਸਰਕਾਰੀ ਜਿੰਦਾ ਹਸਪਤਲ ਜਾਂਦਾ ਗਿਆ ਸੀ ਖਬਰ ਲਾਸਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨ